ਆਪਾਂ ਇੰਡੀਆ ਦੀਆਂ ਕੰਪਨੀਆਂ ਦੇ ਬਾਰੇ, ਇੰਡੀਆ ਦੇ ਟੌਪ 10 ਕਾਰ ਬ੍ਰਾਂਡਾਂ ਬਾਰੇ, ਟੌਪ 10 ਗੱਡੀਆਂ ਬਾਰੇ ਹਮੇਸ਼ਾ ਗੱਲ ਕਰਦੇ ਰਹਿੰਦੇ ਆਂ ਪਰ ਅੱਜ ਦੀ ਇਹ ਵੀਡੀਓ ਬੜੀ ਜ਼ਿਆਦਾ ਵੱਖਰੀ ਹੋਣ ਵਾਲੀ ਆ ਅਸੀਂ ਦੁਨੀਆ ਦਾ ਡਾਟਾ ਤੁਹਾਡੇ ਕੋਲ ਲੈ ਕੇ ਆਏ ਆ ਕਿ 2022 ਦੇ ਵਿੱਚ ਕਿਉਂਕਿ 23 ਹਜੇ ਚੱਲ ਰਿਹਾ ਇਸ ਕਰਕੇ 2022 ਦੇ ਵਿੱਚ ਉਹ ਕਿਹੜੀਆਂ 10-11 ਕੰਪਨੀਆਂ ਜਿਹੜੀਆਂ ਟੌਪ ਤੇ ਰਹੀਆਂ ਇਹ ਚੋਂ ਕਾਫੀ ਜ਼ਿਆਦਾ ਕੰਪਨੀਆਂ ਐ ਜਿਹੜੀਆਂ ਇੰਡੀਆ ਦੇ ਵਿੱਚ ਤੇ ਹੈ ਹੀ ਨਹੀਂ ਆ ਇਸ ਕਰਕੇ ਆਪਾਂ 11 ਕੰਪਨੀਆਂ ਦੀ ਗੱਲ ਕਰਾਂਗੇ 11ਵਾਂ ਨੰਬਰ ਤਾਂ ਰੱਖਣਾ ਪਿਆ ਕਿਉਂਕਿ 11ਵੇਂ ਨੰਬਰ ਤੇ ਹੁੰਡਾਈ ਹੈਗੀ ਇਸ ਕਰਕੇ ਟੌਪ 11 ਕਹਿ ਸਕਦੇ ਹਾਂ ਔਰ ਦੋਸਤੋ ਜਿਹੜੀ ਮਰੂਤੀ ਸਨੂਕੀ ਨੂੰ ਤੁਸੀਂ ਇੰਨਾ ਜ਼ਿਆਦਾ ਇੰਡੀਆ ਦੇ ਵਿੱਚ ਪਸੰਦ ਕਰਦੇ ਹੋ ਉਹਦਾ ਥਾਂ ਕਿਤੇ ਹੋ ਰਹੀ ਆ ਵੀਡੀਓ ਲਾਸਟ ਤੱਕ ਦੇਖਿਓ ਕਿ ਮਰੂਤੀ ਸਨੂਕੀ ਦਾ ਹਾਲ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕੀ ਆ ਦੁਨੀਆ ਦੇ ਵਿੱਚ 11ਵੇਂ ਨੰਬਰ ਤੇ ਜਿਹੜੀ ਕੰਪਨੀ ਆ ਹੈਗੀ ਹੁੰਡਾਈ ਹੁੰਡਾਈ ਸਾਊਥ ਕੋਰੀਆ ਦੀ ਕੰਪਨੀ ਆ ਦੂਜੀ ਕੰਪਨੀ ਇੱਕ ਕੀਆ ਵੀ ਹੈਗੀ ਆ ਔਰ ਦੋਸਤੋ ਇਨ 2022 ਦੇ ਵਿੱਚ 1,2775 ਮਿਲੀਅਨ ਦਾ ਬਿਜ਼ਨਸ ਕੀਤਾ ਔਰ ਇਹਦੇ ਨਾਲ ਹੈ 11ਵੇਂ ਨੰਬਰ ਤੇ ਰਹੀ ਗੀ ਔਰ ਦੋਸਤੋ 10ਵੇਂ ਨੰਬਰ ਤੇ ਹੈ FAW ਗਰੁੱਪ ਇਹ ਚਾਈਨਾ ਦੀ ਕੰਪਨੀ ਹੈ FAW ਗਰੁੱਪ ਇਹਦੇ ਅੰਡਰ ਕੋਈ ਹੋਰ ਕੰਪਨੀਆਂ ਵੀ ਆਉਂਦੀਆਂ ਹੋਣਗੀਆਂ ਇਸੇ ਕਰਕੇ ਇਹਨੂੰ ਗਰੁੱਪ ਦਾ ਨਾਮ ਦਿੱਤਾ ਗਿਆ ਔਰ ਇਹ ਡਾਟਾ ਆਪਾਂ ਇੰਟਰਨੈਸ਼ਨਲ ਮਾਰਕੀਟ ਤੋਂ ਲੈ ਕੇ ਆਏ ਆ ਔਰ ਇਹ ਚਾਈਨਾ ਦੀ ਕੰਪਨੀ ਹੈ ਤੇ ਇਹਨੇ 1,9404 ਮਿਲੀਅਨ ਦਾ ਕਾਰੋਬਾਰ ਕੀਤਾ 2022 ਦੇ ਵਿੱਚ ਫਿਰ 9ਵੇਂ ਨੰਬਰ ਤੇ ਆ ਸੈਸ ਸੈਸ ਚਾਈਨਾ ਦੀ ਕੰਪਨੀ ਆ ਸੈਸ ਨੇ 1,20,900 ਮਿਲੀਅਨ ਦਾ ਬਿਜ਼ਨਸ ਕੀਤਾ 2022 ਦੇ ਵਿੱਚ 8ਵੇਂ ਨੰਬਰ ਤੇ ਆ ਜਨਰਲ ਮੋਟਰਸ ਜਨਰਲ ਮੋਟਰਸ ਨੇ 1,27,000 ਮਿਲੀਅਨ ਦਾ ਜਨਰਲ ਮੋਟਰਸ ਨੇ 2022 ਦੇ ਵਿੱਚ ਬਿਜ਼ਨਸ ਕੀਤਾ ਔਰ ਦੋਸਤੋ 7ਵੇਂ ਨੰਬਰ ਤੇ ਆ ਦੁਨੀਆ ਦੇ ਵਿੱਚ 7ਵੇਂ ਨੰਬਰ ਤੇ ਆ ਬਹੁਤ ਹੀ ਜਾਨੀਮਾਨੀ ਕੰਪਨੀ ਜਿਹੜੀ ਇੰਡੀਆ ਦੇ ਵਿੱਚ ਵੀ 5ਵੇਂ 6ਵੇਂ ਨੰਬਰ ਤੇ ਅੱਜ ਕੱਲ ਰਹਿ ਰਹੀ ਹੈ Honda ਹੋਂਡਾ ਜਾਪਾਨ ਦੀ ਕੰਪਨੀ ਹੈ ਦੁਨੀਆ ਦੇ ਵਿੱਚ ਬਹੁਤ ਹੀ ਵਧੀਆ ਗੱਡੀਆਂ ਇਹਦੀਆਂ ਮੰਨੀਆਂ ਜਾਂਦੀਆਂ 129546 ਮਿਲੀਅਨ ਦਾ ਕਾਰੋਬਾਰ ਕੀਤਾ ਇਹਨੂੰ ਰੈਵਨਿਊ ਵੀ ਕਹਿ ਸਕਦੇ ਆ ਔਰ ਉਸ ਤੋਂ ਬਾਅਦ 6ਵੇਂ ਨੰਬਰ ਤੇ ਹੈ BMW ਗਰੁੱਪ BMW ਗਰੁੱਪ ਦੇ ਵਿੱਚ ਕਿਹੜੀਆਂ ਕੰਪਨੀਆਂ ਆ ਜਾਂਦੀ ਹੈ ਮਿਨੀ ਵੀ ਇਹਨਾਂ ਦੀ ਕੰਪਨੀ ਹੈ ਤੇ ਰੋਲਸ ਰਾਇਸ ਵੀ BMW ਦੀ ਕੰਪਨੀ ਹੈ ਹਾਂਜੀ ਦੋਸਤੋ ਦੁਨੀਆ ਦੀਆਂ ਮਹਿੰਗੀਆਂ ਕਾਰਾਂ ਬਣਾਉਣ ਵਾਲੀ ਰੋਲਸ ਰਾਇਸ BMW ਨਾਲ ਦੀ ਕੰਪਨੀਆ ਕੂਪਰ ਜਿਹੜੀ ਆਪਾਂ ਨਾਮ ਸੁਣਦੇ ਆ ਉਹ ਵੀ ਇਹਨਾਂ ਦਾ ਬ੍ਰਾਂਡ ਹੈ BMW ਦਾ ਔਰ ਇਹ ਜਰਮਨੀ ਦੀ ਕੰਪਨੀ ਹੈ 131521 ਮਿਲੀਅਨ ਦਾ ਕਾਰੋਬਾਰ ਕੀਤਾ 5ਵੇਂ ਨੰਬਰ ਤੇ ਆ Ford Ford ਇੰਡੀਆ ਦੇ ਵਿੱਚ ਬੰਦ ਹੋ ਚੁੱਕੀ ਹੈ ਤੁਸੀਂ ਸਾਰੇ ਜਾਣਦੇ ਹੋ USA ਦੀ ਕੰਪਨੀ ਔਰ Ford ਦੀ ਹੀ ਕੰਪਨੀ ਰਹੀ ਹੈ Land Rover ਔਰ Jaguar Land Rover ਔਰ Jaguar ਹੁਣ ਅੱਜ ਦੀ ਡੇਟ 'ਚ ਟਾਟਾ ਕੋਲ ਚੱਲ ਰਹੀਆਂ ਕਿਉਂਕਿ ਟਾਟਾ ਨੇ ਕੁਝ ਸਾਲ ਪਹਿਲਾਂ ਇਹ ਦੋਨੇ ਕੰਪਨੀਆਂ ਫੋਰਡ ਦੇ ਕੋਲੋਂ ਖਰੀਦ ਲਈਆਂ ਸੀ ਤੇ ਫੋਰਡ ਨੇ ਕਾਰੋਬਾਰ ਕੀਤਾ 136341 ਮਿਲੀਅਨ ਦਾ ਫਿਰ ਦੋਸਤੋ ਚੌਥੇ ਨੰਬਰ ਤੇ ਆ ਜ਼ਿਆਦਾਤਰ ਲੋਕਾਂ ਦੀ ਫੇਵਰੇਟ ਮਰਸੀਡੀਜ਼ ਬੈਂਜ 158306 ਮਿਲੀਅਨ ਦਾ ਕਾਰੋਬਾਰ ਕੀਤਾ ਤੀਜੇ ਨੰਬਰ ਤੇ ਸਟੈਲੈਂਟਿਸ ਉਹ ਜਿਹੜੇ ਹਿਸਾਬ ਨਾਲ ਮੈਨੂੰ ਪੜਨਾ ਆ ਰਿਹਾ ਉਸੇ ਹਿਸਾਬ ਨਾਲ ਲਿਖਿਆ ਸਟੈਲੈਂਟਿਸ 17663 ਮਿਲੀਅਨ ਦਾ ਕਾਰੋਬਾਰ ਕੀਤਾ ਨੀਦਰਲੈਂਡ ਦੀ ਇਹ ਕੰਪਨੀ ਆ ਦੇਖ ਲਓ ਦੁਨੀਆ ਦੇ ਵਿੱਚ ਤੀਸਰੇ ਨੰਬਰ ਤੇ ਆ ਤੇ ਇੰਡੀਆ ਦੇ ਵਿੱਚ ਬਿਲਕੁਲ ਨਹੀਂ ਹੈਗੀ ਮੈਂ ਨਾਮ ਵੀ ਇਹਦਾ ਪਹਿਲੀ ਵਾਰੀ ਸੁਣਿਆ ਵਾ ਤੇ ਪਹਿਲੀ ਵਾਰੀ ਤੁਹਾਨੂੰ ਦੱਸ ਰਿਹਾ ਇਹਦੋਂ ਪਹਿਲਾਂ ਮੈਂ ਕਦੇ ਇਹਦੀ ਕਿਸੇ ਗੱਡੀ ਬਾਰੇ ਨਹੀਂ ਸੁਣਿਆ ਔਰ ਦੋਸਤੋ ਦੂਸਰੇ ਨੰਬਰ ਤੇ ਆ ਇੰਡੀਅਨ ਲੋਕਾਂ ਦੀ ਪਹਿਲੀ ਪਸੰਦ ਇੰਡੀਆ ਦੇ ਲੋਕਾਂ ਨੂੰ ਬੜੀ ਜ਼ਿਆਦਾ ਇਹ ਕੰਪਨੀ ਦੀਆਂ ਗੱਡੀਆਂ ਬਹੁਤ ਵਧੀਆ ਲੱਗਦੀਆਂ ਪਰ ਅਫਸੋਸ ਦੀ ਗੱਲ ਹੈ ਕਿ ਇਹਨਾਂ ਕੋਲ ਇੰਨਾ ਸੈਗਮੈਂਟ ਹੀ ਨਹੀਂ ਹੈ ਇੰਨੀਆਂ ਗੱਡੀਆਂ ਹੀ ਨਹੀਂ ਦੇ ਪਾਉਂਦੇ ਖਾਸ ਕਰਕੇ ਛੋਟੀਆਂ ਗੱਡੀਆਂ ਦੇ ਵਿੱਚ ਆਪਣੀਆਂ ਗੱਡੀਆਂ ਨਹੀਂ ਦੇ ਦੂਸਰੇ ਨੰਬਰ ਤੇ ਦੁਨੀਆ ਦੇ ਵਿੱਚ ਟੋਯੋਟਾ ਟੋਯੋਟਾ ਨੇ 2 ਲੱਖ 80 ਹਜ਼ਾਰ ਮਿਲੀਅਨ ਦਾ ਕਾਰੋਬਾਰ ਕੀਤਾ 2022 ਦੇ ਵਿੱਚ ਜਪਾਨ ਦੀ ਇਹ ਕੰਪਨੀ ਹੈ ਔਰ ਟੋਯੋਟਾ ਦੇ ਨਾਲ-ਨਾਲ ਟੋਯੋਟਾ ਦੀਆਂ ਹੋਰ ਕੰਪਨੀਆਂ ਵੀ ਹੈ ਆ ਲੈਕਸਸ ਹਿਨੋ ਸ਼ਿਵਾਰੂ ਦਿਹਾਤਸੂ ਇਹ ਸਾਰੀਆਂ ਕੰਪਨੀਆਂ ਟੋਇਟਾ ਦੇ ਅੰਦਰ ਕੰਮ ਕਰਦੀਆਂ ਲੈਕਸਸ ਵਰਗੇ ਵੱਡੇ ਬ੍ਰਾਂਡ ਵੀ ਟੋਇਟਾ ਦੇ ਹੀ ਨੇ ਟੋਇਟਾ ਹੀ ਉਹਨਾਂ ਦਾ ਮਾਲਕ ਆ ਤੇ ਇਹਦੇ ਨਾਲ ਹੀ 2 ਲੱਖ 80 ਹਜ਼ਾਰ ਮਿਲੀਅਨ ਦਾ ਕਾਰੋਬਾਰ ਕੀਤਾ 2022 ਦੇ ਵਿੱਚ ਔਰ ਦੋਸਤੋ ਪਹਿਲੇ ਨੰਬਰ ਤੇ ਆ ਪਹਿਲੇ ਨੰਬਰ ਤੇ ਆ ਦੁਨੀਆ ਦੀ ਸਭ ਤੋਂ ਵੱਡੀ ਕਾਰ ਮੈਨੂਫੈਕਚਰ ਕੰਪਨੀ ਕਾਰ ਮੈਨੂਫੈਕਚਰ ਗਰੁੱਪ ਕਹਿ ਲੋ ਕਿ ਇਹਨਾਂ ਦਾ ਗਰੁੱਪ ਬੜਾ ਵੱਡਾ ਹੈ ਇਹਦੇ ਗਰੁੱਪ ਚ ਪਹਿਲਾਂ ਗੱਡੀਆਂ ਦੇਖ ਲਓ ਕਿਹੜੀਆਂ ਕਿਹੜੀਆਂ ਵਾਕਸਵੈਗਨ ਸਕੋਡਾ ਆਡੀ ਸੀਐਟ ਬੈਂਟਲੇ, ਉਪਰਾ, ਬੁਗਾਟੀ, ਮਾਨ, ਸਕੈਨੀਆ, ਲੈਂਬਰਗਿਨੀ, ਦੁਕਾਤੀ ਤੇ ਪੋਰਸ਼ੇ ਐਡੇ-ਐਡੇ ਵੱਡੇ ਜਿਹੜੇ ਬ੍ਰਾਂਡ ਆ ਸਾਰੇ BMW ਗਰੁੱਪ ਦੇ ਨੇ ਇਹ ਇੱਕੋ ਕੰਪਨੀ ਦਾ ਫਲਾ ਇੰਨਾ ਜ਼ਿਆਦਾ ਔਰ ਇਹਨਾਂ ਨੇ 295818 ਮਿਲੀਅਨ ਦਾ ਕਾਰੋਬਾਰ ਕੀਤਾ ਵਾਕਸਵੈਗਨ ਗਰੁੱਪ ਨੇ ਔਰ ਦੋਸਤੋ ਸਭ ਤੋਂ ਹੈਰਾਨੀ ਵਾਲੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣੀ ਆ ਕਿ ਜਿਹੜੀ ਇੰਡੀਆ ਦੀ ਫੇਵਰੇਟ ਕੰਪਨੀ ਜਿਹੜੀ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਮਰੂਤੀ ਸੁਜ਼ੂਕੀ ਜਿਹਦੀ ਆਪਾਂ ਗੱਲ ਕਰ ਲਈਏ ਤੇ ਦੋਸਤੋ ਉਹ ਦੁਨੀਆ ਦੇ ਵਿੱਚ 22ਵੇਂ ਨੰਬਰ ਤੇ ਆ 22ਵੇਂ ਨੰਬਰ ਤੇ ਸਿਰਫ 31765 ਮਿਲੀਅਨ ਦਾ ਕਾਰੋਬਾਰ ਕਰਦੀ ਹੈ ਮਰੂਤੀ ਸੁਜ਼ੂਕੀ ਇਹ ਸਾਰੀ ਜਾਣਕਾਰੀ ਆਪਾਂ ਇੱਕ ਇੰਟਰਨੈਸ਼ਨਲ ਵੈਬਸਾਈਟ ਤੋਂ ਕੱਢੀ ਆ ਕੋਸ਼ਿਸ਼ ਕੀਤੀ ਹੈ ਤੁਹਾਡੇ ਤੱਕ ਸਹੀ ਜਾਣਕਾਰੀ ਪਹੁੰਚਾਉਣ ਦੀ ਜਿਸ ਦੇ ਨਾਲ ਤੁਹਾਨੂੰ ਇੱਕ ਅੰਦਾਜ਼ਾ ਲੱਗ ਸਕੇ ਕਿ ਦੁਨੀਆ ਦੇ ਵਿੱਚ ਕਾਰ ਕੰਪਨੀਆਂ ਦਾ ਕੀ ਹਾਲ ਨੇ ਕਿਹੜੇ ਲੈਵਲ ਤੇ ਕਿਹੜੀ ਕੰਪਨੀ ਸਟੈਂਡ ਕਰਦੀ ਆ ਸੋ ਦੋਸਤੋ ਅੱਜ ਦੀ ਇਸ ਵੀਡੀਓ ਚ ਇੰਨੇ ਹੀ ਮਿਲਦੇ ਆ ਜੀ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ